ਹਾਂਜੀ ਸੱਫਰੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆ ਰਾਮ ਰਾਮ ਸਾਰਿਆਂ ਨੂੰ ਆ ਦੋਸਤੋ ਦੇਖੋ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਆ ਕਿ ਆਪਣੇ ਹੱਥ ਬਸ ਨਹੀਂ ਹੁੰਦੀਆਂ ਤੇ ਦੇਖੋ ਨੇ ਜਿਹੜਾ ਆਪਾਂ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਅਪਲਾਈ ਕੀਤਾ ਆ ਵੀਜ਼ਾ ਦੇਣਾ ਨਹੀਂ ਦੇਣਾ ਇਹ ਇਮੀਗ੍ਰੇਸ਼ਨ ਦੀ ਮਰਜ਼ੀ ਆ ਨਾ ਮੈਂ ਨਾ ਕਿਸੇ ਹੋਰ ਨੇ ਇਮੀਗ੍ਰੇਸ਼ਨ ਦੇ ਐਮਬੈਸੀ ਦੇ ਅੰਦਰ ਜਾ ਕੇ ਆਪਣੇ ਹੱਥ ਨਾਲ ਪਾਸਪੋਰਟ ਤੇ ਤੁਹਾਡਾ ਵੀਜ਼ਾ ਸਟicker ਸਟੈਂਪ ਲਾਉਣੀ ਆ ਆਪਾਂ ਬੈਸਟ ਤੋਂ ਬੈਸਟ ਅਪਲਾਈ ਕਰ ਸਕਦੇ ਆ ਹੁਣ ਅ ਕਿਸੇ ਟਾਈਮ ਇਦਾਂ ਹੁੰਦੀ ਆ ਕਿ ਜਿੱਦਾਂ ਆਪਾਂ ਟਾਈਮ ਦਿੱਤਾ ਹੈ 8 ਮਹੀਨੇ ਦਾ 9 ਮਹੀਨੇ ਦਾ 5 ਮਹੀਨੇ ਦਾ ਪਰ ਇਹ ਕਿਸੇ ਟਾਈਮ ਇਮੀਗ੍ਰੇਸ਼ਨ ਇਦੋਂ ਟਾਈਮ ਜ਼ਿਆਦਾ ਟਪਾ ਦਿੰਦੀ ਆ ਅੱਜਕੱਲ ਤਾਂ ਵੈਸੇ ਵੀ 9 9 10 10 11 11 ਮਹੀਨੇ ਚ ਰਿਜ਼ਲਟ ਆਉਂਦੇ ਆ ਜਿਹੜੇ ਡਿਸੀਜਨ ਆਉਂਦੇ ਹਨਾ ਉਹ 8 8 9 9 ਮਹੀਨੇ ਜਿਦਾ 8 ਮਹੀਨੇ ਦਾ ਟਾਈਮ ਸੀਗਾ ਵਰਕ ਪਰਮਿਟ ਦਾ ਉਹ 9 ਮਹੀਨੇ 10 ਮਹੀਨੇ ਕਈਆਂ ਨੂੰ 11 ਮਹੀਨੇ ਵੀ ਹੋ ਗਿਆ ਅਪਲਾਈ ਕੀਤੇ ਇਹਨਾਂ ਨੂੰ ਪਰ ਹਜੇ ਡਿਸੀਜਨ ਨਹੀਂ ਹੋ ਰਿਹਾ ਪਰ ਕਈ ਭੈਣ ਭਰਾ ਇਦਾਂ ਹੁੰਦੇ ਆ ਕਿ ਉਹਨਾਂ ਦੀ ਮਜਬੂਰੀ ਵੀ ਹੁੰਦੀ ਆ ਮਜਬੂਰ ਵੀ ਹੁੰਦੇ ਆ ਤੇ ਉਹ ਜਿੱਦਾਂ 8 ਮਹੀਨੇ ਪੂਰੇ ਹੁੰਦੇ ਆ ਉਹਨਾਂ ਕੋਲ ਸਬਰ ਨਹੀਂ ਹੁੰਦਾ ਉਹਨਾਂ ਦੀ ਕੋਈ ਨਾ ਕੋਈ ਮਜਬੂਰੀ ਹੋ ਸਕਦੀ ਆ ਪਰ ਉਹ ਕਹਿ ਦਿੰਦੇ ਆ ਕਿ ਸਾਨੂੰ ਡਿਸਿਜਨ ਲੈ ਦੋ ਅਸੀਂ ਹੁਣ ਹੋਰ ਵੇਟ ਨਹੀਂ ਕਰ ਸਕਦੇ ਜਦੋਂ ਆਪਾਂ ਖੁਦ ਡਿਸਿਜਨ ਮੰਗਦੇ ਆ ਜਿੱਦਾਂ ਹੁਣ 8 ਮਹੀਨੇ ਤੱਕ ਇਮੀਗ੍ਰੇਸ਼ਨ ਕਹਿੰਦੀ ਆ ਕਿ ਕੋਈ ਪੁੱਛਕਿਛ ਕੋਈ ਇਨਕੁਆਰੀ ਨਹੀਂ ਕਰ ਸਕਦੇ 8 ਮਹੀਨੇ ਤੋਂ ਬਾਅਦ ਤੁਸੀਂ ਪੁੱਛ ਸਕਦੇ ਆ ਕਿ ਤੁਹਾਡਾ ਕੇਸ ਕਿੱਥੇ ਚੱਲ ਰਿਹਾ ਜਾਂ ਕਿੰਨਾ ਟਾਈਮ ਲੱਗਣਾ ਹੈ ਤੇ ਪਰ ਕਈ ਭੈਣ ਭਰਾ ਕਹਿ ਦਿੰਦੇ ਅਸੀਂ ਵੇਟ ਕਰ ਹੀ ਨਹੀਂ ਸਕਦੇ ਸਾਨੂੰ ਹੁਣ ਛੇਤੀ ਛੇਤੀ ਡਿਸਿਜਨ ਲੈ ਕੇ ਦੋ ਦੇਖੋ ਇਹ ਚੀਜ਼ ਦੇ ਪਿਛੇ ਉਹਨਾਂ ਦੀ ਕਈ ਮਜਬੂਰੀਆਂ ਹੋ ਸਕਦੀਆਂ ਆ ਹਨਾ ਤੇ ਪਰ ਜਦੋਂ ਆਪਾਂ ਖੌਦ ਐਮੀਗ੍ਰੇਸ਼ਨ ਤੋਂ ਡਿਸੀਜਨ ਮੰਗਦੇ ਆ ਕਿ ਸਾਡਾ ਡਿਸੀਜਨ ਦੇ ਦਿਓ ਤੇ ਕਲਾਇੰਟ ਹੋਰ ਵੇਟ ਨਹੀਂ ਕਰਦਾ ਤੇ ਫਿਰ ਐਮੀਗ੍ਰੇਸ਼ਨ 99% ਨਾਂ ਦੇ ਵਿੱਚ ਡਿਸੀਜਨ ਕਰਦੀ ਆ ਉਹਦਾ ਕਾਰਨ ਕੀ ਆ ਉਹਨਾਂ ਨੂੰ ਹੁੰਦਾ ਆ ਕਿ ਜਦੋਂ ਅਸੀਂ ਡਿਸੀਜਨ ਆਪਣੇ ਹਿਸਾਬ ਨਾਲ ਆਪਣਾ ਟਾਈਮ ਲਾ ਕੇ ਜਦੋਂ 바ਰੀ ਆਉਣੀ ਆ ਕਿਉਂਕਿ ਅੱਜਕੱਲ ਵੈਸੇ ਵੀ ਐਮੀਗ੍ਰੇਸ਼ਨ ਇੰਗਲੈਂਡ ਦੀ ਬਹੁਤ ਜ਼ਿਆਦਾ ਬੀਜੀ ਆ ਇੱਕ ਤਾਂ ਰਮਾਂਡਾ ਪਿੱਛੇ ਪਏ ਹੋਏ ਆ ਇੱਕ ਆ ਆਪਣੇ ਰਸ਼ੀਆ ਨਾਲ ਮਸਲਾ ਛਿੜਿਆ ਹੋਇਆ ਵਿੱਚ ਯੂਕਰੇਨ ਵਾਲਾ ਆ ਤੇ ਵਿੱਚੇ ਇੱਥੇ ਨਵੇਂ-ਨਵੇਂ ਇਲੈਕਸ਼ਨ ਹੋ ਰਹੇ ਆ ਨਵੇਂ-ਨਵੇਂ ਇਮੀਗ੍ਰੇਸ਼ਨ ਦੇ ਕਾਨੂੰਨ ਬਣਾ ਰਹੇ ਆ ਇਹਨੇ ਇਮੀਗ੍ਰੇਸ਼ਨ ਬਹੁਤ ਸਲੋ ਕੀਤੀ ਆ ਇਸ ਕਰਕੇ ਤਾਂ ਫਿਰ ਜਦੋਂ ਆਪਾਂ ਖੁਦ ਡਿਸੀਜਨ ਮੰਗਦੇ ਆ ਨਾ ਕਿ ਸਾਡੇ ਤੋਂ ਵੀਟ ਨਹੀਂ ਹੁੰਦੀ ਸਾਨੂੰ ਛੇਤੀ ਛੇਤੀ ਦੱਸੋ ਕੀ ਹੁਣਾਏ ਆ ਫਿਰ 99% ਉਹ ਜਵਾਬ ਨਾਂਚ ਦਿੰਦੇ ਆ ਜਨ ਕੇ ਬੀਜਾ ਰਿਫਿਊਜ਼ ਕਰਦੇ ਉਹਦਾ ਕਾਰਨ ਕੀ ਆ ਉਹ ਕਹਿੰਦੇ ਇਹ ਬੰਦੇ ਨੂੰ ਕਾਦੀ ਕਾਲੀ ਆ ਕਾਦੀ ਨਹੀਂ ਜਲਦੀ ਆ ਕਿ ਇੱਥੇ ਆਉਣਾ ਆਏ ਨੇ ਜਦੋਂ 8-9 ਮਹੀਨੇ 8 ਮਹੀਨੇ ਹੋ ਗਿਆ ਅਪਲਾਈ ਕੀਤੇ ਨੂੰ ਤੇ ਹੋਰ ਮਹੀਨਾ 2 ਮਹੀਨੇ ਆਪਾਂ ਵੀਟ ਨਹੀਂ ਕਰ ਸਕਦੇ ਕਿਹੜੀ ਚੀਜ਼ ਦੀ ਕਾਲੀ ਆ ਕੀ ਇੱਥੇ ਆ ਕੇ ਕਰਨਾ ਆ ਕੀ ਕੀ ਚੱਕਰ ਆ ਕੀ ਨਹੀਂ ਹੈਗਾ ਉਹ ਇਸ ਤਰ੍ਹਾਂ ਦਾ ਡਾਟ ਕਨ ਲਾਪੰਦੇ ਆ ਤੇ ਫਿਰ ਅਕਸਰ ਉਹ ਵੀਜ਼ਾ ਨਹੀਂ ਕਰਦੇ ਆ ਕਿਉਂਕਿ ਆਪਾਂ ਹਨਾ ਜਿੰਨਾ ਦੇਖੋ ਵੀਜ਼ਾ ਆਉਂਦਾ ਕਿ ਨਹੀਂ ਆਉਂਦਾ ਆਪਾਂ ਆਪਣੇ ਵੱਲੋਂ ਗਲਤੀ ਨਾ ਕਰੀਏ ਠੀਕ ਆ ਇੱਕ ਪੁਆਇੰਟ ਮਿਲ ਜਾਂਦਾ ਆ ਉਹਨਾਂ ਨੂੰ ਆਪਣੇ ਖਿਲਾਫ ਡਿਸੀਜਨ ਦੇਣ ਦਾ ਆਪਾਂ ਉਹ ਪੁਆਇੰਟ ਨਾ ਦੀਏ ਉਹਨਾਂ ਨੂੰ ਬਸ ਮੇਨ ਚੀਜ਼ ਇਹ ਹੀ ਹੁੰਦੀ ਆ ਕਿਉਂਕਿ ਦੇਖੋ ਡਿਸੀਜਨ ਤੋਂ ਨਹੀਂ ਦੇਣਾ ਹੀ ਆ 8ਵੇਂ ਮਹੀਨੇ ਚ ਦੇ ਦੇ 9ਵੇਂ ਚ ਦੇ ਦੇ 10ਵੇਂ ਚ ਦੇ ਦੇ 11ਵੇਂ ਚ ਦੇ ਦੇ ਡਿਸੀਜਨ ਉਣੀ ਦੇਣਾ ਹੀ ਦੇਣਾ ਆ ਉਹ ਦੇਣਾ ਵੀ ਪੈਣਾ ਆ ਠੀਕ ਆ ਜੈਸੇ ਜਾਂ ਨੋ ਚ ਜੋ ਮਰਜ਼ੀ ਦੇਣ ਜਾਂ ਅਪੀਲ ਪਾਉਣ ਪਰ ਆਪਾਂ ਨੂੰ ਵੇਟ ਕਰਨੀ ਚਾਹੀਦੀ ਆ ਤੇ ਕਿਉਂਕਿ ਜਦੋਂ ਤੁਹਾਡਾ ਡਿਸੀਜਨ ਨਾ ਚਾਉਂਦਾ ਆ ਫਿਰ ਦੁੱਖ ਵੀ ਬਹੁਤ ਜ਼ਿਆਦਾ ਹੁੰਦਾ ਆ ਇੰਨੇ ਆਪਾਂ ਮਿਹਨਤ ਕੀਤੀ ਇੰਨਾ ਫਾਕੋ ਬੈਸਟ ਕੀਤਾ ਆ ਫਿਰ ਆਪਾਂ ਸਿਰਫ ਵੇਟ ਕਰਕੇ ਵੇਟ ਨਾ ਕਰਨ ਦੇ ਕਰਕੇ ਆਪਾਂ ਉਹ ਡਿਸੀਜਨ ਖੋਦ ਮੰਗਦੇ ਆ ਇਮੀਗ੍ਰੇਸ਼ਨ ਤੋਂ ਤੇ ਫੇਰ ਉਹ ਨਾ ਚਾਉਂਦਾ ਤੇ ਦੁੱਖ ਵੀ ਬਹੁਤ ਹੁੰਦਾ ਆ ਪਰ ਇਹ ਅਪੀਲ ਆ ਕਿ ਵੇਟ ਹੀ ਬੈਸਟ অপਸ਼ਨ ਆ ਆਪਾਂ ਉਹਨਾਂ ਵੇਟ ਕਰਕੇ ਵੀ ਉਹ ਦੇਣ ਨਾ ਦੇਣ ਉਹਨਾਂ ਦੀ ਮਰਜ਼ੀ ਆ ਪਰ ਆਪਾਂ ਕਿਉਂ ਉਹਨਾਂ ਨੂੰ ਇੱਕ ਪੁਆਇੰਟ 네ਗੇਟਿਵ ਪੁਆਇੰਟ ਦੇਣਾ ਆ ਵੀ ਸਾਡਾ ਡਿਸੀਜਨ ਦੇ ਦਿਓ ਠੀਕ ਹੈ ਬਾਕੀ ਸਾਡੇ ਵੱਲੋਂ ਤਾਂ ਇਹੇ ਦੁਆ ਹੁੰਦੀ ਆ ਕਿ ਹਰ ਇੱਕ ਦਾ ਵੀਜ਼ਾ ਲੱਗੇ ਹਰ ਇੱਕ ਨੂੰ ਆਉਣ ਦਾ ਹੱਕ ਆ ਕਿਉਂਕਿ ਹਰ ਇੱਕ ਚਾਹੁੰਦਾ ਕਿ ਸਾਡੀ ਵੀ ਗਰੀਬੀ ਦੂਰ ਹੋਵੇ ਸਾਡੀ ਤਾਂ ਇਹ ਕੋਸ਼ਿਸ਼ ਹੁੰਦੀ ਆ ਬਾਕੀ ਉੱਪਰ ਪ੍ਰਮਾਤਮਾ ਦੇ ਹੱਥ ਹੁੰਦਾ ਆ ਵੀਜਾ ਲੱਗਣਾ ਕਿ ਨਹੀਂ ਲੱਗਣਾ ਉਹ ਨਹੀਂ ਇਮੀਗ੍ਰੇਸ਼ਨ ਨੇ ਦੇਣਾ ਕਿ ਨਹੀਂ ਦੇਣਾ ਉਹ ਤੁਹਾਡੀ ਕਿਸਮਤ ਤੇ ਇਮੀਗ੍ਰੇਸ਼ਨ ਦੀ ਮਰਜ਼ੀ ਆ ਤੇ ਬਾਕੀ ਮੇਰਾ ਇੱਕ ਇੱਕ ਤੀਸਰਾ ਚੈਨਲ ਆ ਤੇ ਜੁਕੇ ਚੀਮਾ ਟਰੈਵਲ ਬਲੋਗ ਨੂੰ ਜਰੂਰ ਸਬਸਕ੍ਰਾਈਬ ਕਰੋ ਜਾ ਕੇ ਉਹਦਾ ਮੇਰਾ ਨਾਮ ਲਿਖਤਾ ਹੈ ਲਿੰਕ ਵੀ ਥੱਲੇ ਬਾਕੀ ਇੱਕ ਮੇਰਾ ਇੱਕ ਹੋਰ ਚੈਨਲ ਆ ਯੂਕੇ ਚਿਮਾ ट्रैवल ਬਲੌਗ ਯੂਕੇ ਚਿਮਾ ट्रैवल ਬਲੌਗ ਉਹਦਾ ਲਿੰਕ ਵੀ ਮੈਂ ਥੱਲੇ ਦੇ ਦੂੰਗਾ ਤੇ ਆਹ ਮੈਂ ਨਾਂ ਵੀ ਲੈ ਕੇ ਦਿੱਤਾ ਇਹ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਯੂਕੇ ਚਿਮਾ ट्रैवल ਬਲੌਗ ਬਾਕੀ ਥੈਂਕ ਯੂ ਸਾਰੇ ਭੈਣ ਭਰਾਵਾਂ ਨੂੰ ਜੋ ਵੀ ਹੋ ਸਕਦਾ ਆਪਾਂ ਹਮੇਸ਼ਾ ਕੋਸ਼ਿਸ਼ ਕਰੀ ਦੀ ਬਤ ਤੋਂ ਬਤ ਹੈਲਪ ਕਰੀਏ ਥੈਂਕ ਯੂ